ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਜ਼ਮ। ਜਿੱਦਾਂ ਕਿ ਵੀਰਾਂ ਲਈ ਕੋਸ਼ਿਸ਼ ਕਰਨਾ ਹਰ ਰੋਜ਼ ਬਿਹਤਰੀਨ ਔਰ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰੀਕੇ ਅੱਜ ਬੜਾ ਹੀ ਅਨਮੋਲ ਜਾਨਵਰ, ਬੜਾ ਹੀ ਹੀਰਾ ਅੱਜ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ ਮੇਰੇ ਬੜਿਆ ਪਿਆਰਾ ਦੋਸਤਾਂ ਭਰਾਵਾਂ ਸਬਸਕ੍ਰਾਈਬਰਾਂ। ਵੀਰਾਂ ਨੇ ਕਿਹਾ ਸੀ ਕਿ ਯਾਰ ਕੋਈ 35-40 ਲੀਟਰ ਗਾਂ ਆਵੇ ਤਾਂ ਸਾਡੇ ਵਾਸਤੇ ਲੈ ਕੇ ਹਾਜ਼ਰ ਹੋਣਾ। ਅੱਜ ਵੀਰਾਂ ਦੋਸਤਾਂ ਵਾਸਤੇ ਤੋਹਫਾ ਹੀ ਲੈ ਕੇ ਹਾਜ਼ਰ ਹੋਇਆ। ਇਨਸ਼ਾ ਅੱਲਾਹ ਮੇਰੇ ਦੇ ਹੁਕਮ ਨਾਲ ਪਿਛਲੇ ਰਿਕਾਰਡ ਦੇ 35-40 ਲੀਟਰ ਦੇ ਨੈਦ ਕੀ ਇਨਸ਼ਾ ਅੱਲਾਹ ਆਰਾਮ ਨਾਲ 35-40 ਲੀਟਰ ਕਰੇਗੀ। 50 ਲੀਟਰ ਗਾਂ ਦੁੱਧ ਕਰੇਗੀ। 50 ਚਲੋ 50 ਲੀਟਰ ਨਾ ਕਰੇ, 35-40 ਲੀਟਰ ਆਈ ਸਾਹਿਬ ਕੀਤੀ ਜਾਵੇ ਬੜਾ ਹੈ। ਔਰ ਹਰ ਗੱਲ ਦੀਆਂ ਤਸੱਲੀਆਂ ਕਰਾਵਾਂਗੇ। ਮਾਸ਼ਾਅੱਲਾ ਮੇਰੇ ਵੀਰ ਵੇਖ ਲੈਣ, ਪੂਰਾ ਪਿੰਡ ਚੱਲ ਕੇ ਗਾਂ ਵੇਖਣ ਆਇਆ। ਅੱਜ ਸਾਹਿਬ ਕਹਿੰਦੇ ਪਏ ਨੇ ਬਾਰ ਬਾਰ ਬੰਦੇ ਆਈ ਜਾਂਦੇ ਨੇ, ਅਗਲੇ ਜਾਈ ਜਾਂਦੇ ਨੇ, ਹੋਰ ਆਈ ਜਾਂਦੇ ਨੇ। ਇੰਨੀ ਮਾਸ਼ਾਅੱਲਾ ਗਾਂ ਚੰਗੀ ਹੈ ਵੀਰਾਂ, ਦੋਸਤਾਂ ਨੂੰ ਹਵਾ ਗਰ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਰਹਿਣ ਦਿਆਗਾ। ਮੇਰੇ ਵੀਰ ਦੋਸਤ ਵੇਖਣ, ਮਾਸ਼ਾਅੱਲਾ ਬੜਾ ਪਿਆਰਾ ਆਰਡਰ ਕੁਆਲਿਟੀ, ਬੜਾ ਲਾਜਵਾਬ ਜਾਨਵਰ ਹੈ, ਬੜਾ ਹੀ ਅਨਮੋਲ ਜਾਨਵਰ ਹੈ ਮੇਰੇ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ। ਔਰ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ ਸਿਰ ਓਰੀਜਨਲ ਮੋਨੀ ਹੈ, ਕੋਈ ਮੋਨੀ ਕੀਤੀ ਨਹੀਂ ਹੋਈ ਮੇਰੇ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ। ਬੜਾ ਪਿਆਰਾ ਪ੍ਰਿੰਟ, ਬੜਾ ਪਿਆਰਾ ਕਲਰ, ਬੜੀ ਲਾਮ, ਬੜਾ ਕੱਦ ਕਾਠ। ਔਰ ਮਾਸ਼ਾਅੱਲਾ ਆਰਡਰ ਕੁਆਲਿਟੀ ਇੰਨਾ ਹੈ ਕਿ ਕਰਮ ਵਾਲੀ ਕੋਲੋਂ ਹਵਾਨਾ ਲੈ ਕੇ ਟੁਰਿਆ ਨਹੀਂ ਜਾਂਦਾ ਪਿਆ। ਔਰ ਇਹ ਜੇ ਆਰਡਰ ਕੁਆਲਿਟੀ ਬਹੁਤ ਘੱਟ ਜਾਨਵਰਾਂ ਲੱਗੇ ਹੁੰਦੇ ਨੇ, ਬਹੁਤ ਘੱਟ ਜਾਨਵਰਾਂ ਲੱਗੇ ਹੁੰਦੇ ਨੇ। ਔਰ ਇਹ 10 ਪਿੰਡਾਂ 'ਚ ਬਲਕਿ ਕੀ ਸ਼ਹਿਰਾਂ 'ਚ ਬਹੁਤ 100 ਕਿਲੋਮੀਟਰ ਸੱਜੇ, 100 ਖੱਬੇ, 100 ਅੱਗੇ, 100 ਪਿੱਛੇ ਜਾ ਗਾਂ ਨਹੀਂ ਲੱਭਣੀ। ਨਹੀਂ ਲੱਭਣੀ, ਬਿਲਕੁਲ ਆਈ ਸਾਹਿਬ ਦੀ ਗੱਲ ਸਹੀ ਹੈ। 100 ਕਿਲੋਮੀਟਰ ਇੱਧਰ, 100 ਕਿਲੋਮੀਟਰ ਇੱਧਰ, ਇਹ ਜੀ ਗਾਂ ਨਹੀਂ ਲੱਭਦੀ। ਬੜਾ ਬਾਹਰ ਫਿਰ ਕੇ, ਏਰੀਆ ਫਿਰ ਕੇ, ਬਹੁਤ ਘੱਟ ਇਹੋ ਜਿਹਾ ਜਾਨਵਰ ਆਉਂਦਾ ਪੁੱਛਲ ਫੜਿਆ ਜੀ ਆਈ ਸਾਹਿਬ। ਔਰ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ ਥੱਲੋਂ ਜ਼ਮੀਨ ਨਾਲ ਲਾਈ ਖਲੀਏ, ਔਰ ਉੱਤੋਂ ਮਾਸ਼ਾਅੱਲਾ ਸੂਹ ਦਾ ਡੋਡਾ ਚੱਕੀ ਖਲੀਏ। ਤੀਸਰਾ ਦਿਨ ਚੁੱਪ ਦੀ ਨੂੰ ਹੋ ਗਿਆ, ਵੀਡੀਓ ਮੇਰੇ ਕੋਲ ਮੌਜੂਦ ਹੈ। ਔਰ ਇਸ ਗੱਲ ਦਾ ਸਬੂਤ ਆਈ ਸਾਹਿਬ ਦੇ ਕੋਲੇ ਕਿ ਤੀਸਰਾ ਦਿਨ ਚੁੱਪ ਦੀ ਨੂੰ ਹੋ ਗਿਆ। ਇਹ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ ਕਿੰਨਾ ਆਰਡਰ ਕੁਆਲਿਟੀ ਕਰਮਾਲੀ ਦਾ। ਔਰ ਮਾਸ਼ਾਅੱਲਾ ਕਰਮਾਲੀ ਕੋਲ ਹਵਾਨਾ ਲੈ ਕੇ ਖਲੋਤਾ ਨਹੀਂ ਜਾਂਦਾ ਪਿਆ। ਫਿਰ ਚੋਈ ਔਰ ਥੱਬੇ ਦਾ ਹਵਾਨਾ, ਔਰ ਇੰਜ ਹੱਥ ਖਰੀਏ ਤੇ ਮਾਸ਼ਾਅੱਲਾ ਇੰਨਾ ਇੰਨੀਆਂ ਲੱਤਾਂ ਖਿਲਾਰ ਕੇ ਖਲੀ ਹੋਈ ਹੈ। ਆਈ ਸਾਹਿਬ ਗਿੱਠ ਮਾਰ ਕੇ ਵਹਾਇਆ ਜਰਾ ਕੋ ਮੇਰੇ ਹੱਥ ਦੀ ਕੈਮਰਾ ਮਾਰੀ, ਇੱਥੋਂ ਸ਼ੁਰੂ ਹੁੰਦੀਆਂ ਨੇ ਗਿੱਠਾਂ ਦੀ। ਇਹ ਮੇਰੇ ਵੀਰ ਵੇਖ ਲੈ, 1-2 ਇਹ 3 ਪੂਰੇ ਪੱਟਾ ਚ ਬਾਹਰ ਕੱਢੀ ਫਿਰਦੀ ਹੈ। ਔਰ ਮਾਸ਼ਾਅੱਲਾ ਮੁੱਠ ਮੁੱਠ ਦਾ ਥਾਣੇ, ਔਰ ਗਿੱਠ ਗਿੱਠ ਦੇ ਵਿਰਲਾਂ ਦੇ ਨੇ। ਇਹ ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ ਔਰ ਛੱਡ ਕੇ ਟੋਰਿਆ ਜੋ ਮਗਰੋਂ ਮੱਝਾਂ ਤਰ੍ਹਾਂ ਪੁੱਠੇ ਚੋੜੇ ਕਰਮ ਵਾਲੀ ਦੇ। ਔਰ ਅੱਗੋਂ ਮਾਸ਼ਾਅੱਲਾ ਗਾਂ ਲੱਗਦੀ ਹੈ, ਦਿਨ ਨੂੰ ਵੇਖੋ ਤੇ ਗਾਂ, ਰਾਤ ਨੂੰ ਵੇਖੋ ਤਾਂ ਮੱਝ ਏ। ਔਰ ਮੇਰੇ ਵੀਰ ਵੇਖ ਲੈਣਾ ਗੱਲਾਂ ਨਾਲ ਨਹੀਂ, ਰਿਜਨਲ ਮਾਸ਼ਾਅੱਲਾ ਗਿੱਠ ਗਿੱਠ ਦੇ ਆਪਣਾ ਫਾਸਲੇ ਤੇ ਮਾਸ਼ਾਅੱਲਾ ਥਣ ਨੇ, ਔਰ ਮੁੱਠ ਮੁੱਠ ਦੇ ਥਣ ਨੇ, ਔਰ ਪੀੜ੍ਹੀ ਦੇ ਪਾਵਿਆਂ ਤਰ੍ਹਾਂ ਚਾਰੇ ਥਣ ਲੱਗੇ ਨੇ। ਔਰ ਇਹ ਮੇਰੇ ਵੀਰ ਵੇਖ ਲੈਣ, ਕਰਮ ਵਾਲੀ ਕੋਲ ਆਰਡਰ ਕੁਆਲਿਟੀ ਲੈ ਕੇ ਰਿਜਨਲ ਟੁਰਿਆ ਜਾਂਦਾ। ਗੱਲਾਂ ਨਾਲ ਨਹੀਂ, ਰਿਜਨਲ ਮਾਸ਼ਾਅੱਲਾ ਆਰਡਰ ਕੁਆਲਿਟੀ ਨਹੀਂ ਲੈ ਕੇ ਟੁਰਿਆ ਜਾਂਦਾ ਕਰਮ ਵਾਲੀ ਕੋਲ। ਲੈਣੇ ਦੇ ਨਸੀਬ ਹੁੰਦੇ ਨੇ, ਚੀਜ਼ ਭਰਾਵਾਂ ਵਾਸਤੇ ਹਮੇਸ਼ਾ ਤੋਂ ਸੁਥਰੀ ਔਰ ਖਰੀ ਲੈ ਕੇ ਹਾਜ਼ਰ ਹੋਈਦਾ, ਔਰ ਇਨਸ਼ਾਅੱਲਾ ਹੁੰਦਿਆਂ ਰਹੀਦਾ। ਔਰ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰਦੀਆਂ ਨੇ, ਇਹ ਜਿਹਾ ਜਾਨਵਰ ਬਾਹਰ ਫਿਰ ਕੇ ਬਹੁਤ ਘੱਟ ਲੱਭਦਾ, ਬਹੁਤ ਘੱਟ ਲੱਭਦਾ। ਔਰ ਮੇਰੇ ਵੀਰਾਂ ਦੋਸਤਾਂ ਨੇ ਤਸੱਲੀਆਂ ਕਰਨੀਆਂ ਨੇ। ਔਰ ਗੱਲਾਂ ਨਾਲ ਨਹੀਂ, ਇਹ ਮੇਰੇ ਵੀਰ ਵੇਖ ਲੈਣ, ਮਾਸ਼ਾਅੱਲਾ ਪਿੱਛੋਂ ਗਾਂ ਨਵੀਂਦੀ ਫਿਰਦੀ ਏ, ਗਾਂ ਕੋਲ ਟੁਰਿਆ ਨਹੀਂ ਜਾਂਦਾ ਪਿਆ। ਔਰ ਮੇਰੇ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਇਹ ਮੇਰੇ ਵੀਰ ਵੇਖ ਲੈਣ, ਕਰਮ ਵਾਲੀ ਕੋਲ ਅੱਲਾਹ ਤਾਲਾ ਨਜ਼ਰੇ ਬਾਤ ਤੋਂ ਬਚਾਏ। ਬਾਰ ਬਾਰ ਮੇਰੇ ਵੀਰਾਂ ਨੂੰ ਮਾਸ਼ਾਅੱਲਾ ਮਾਸ਼ਾਅੱਲਾ ਪੜ੍ਹਨੀ ਏ। ਇਹ ਮੇਰੇ ਵੀਰਾਂ ਦੋਸਤਾਂ ਨੂੰ ਆਪਣਾ ਮੈਂ ਬਾਰ ਬਾਰ ਕਹਿੰਦਾ ਪਿਆ ਕਿ ਜਿਹੜਾ ਮੇਰਾ ਵੀਰ ਵੇਖੇ ਮਾਸ਼ਾਅੱਲਾ ਮਾਸ਼ਾਅੱਲਾ ਹੀ ਦੇ ਕਮੈਂਟ ਹੀ ਆਉਣੇ ਚਾਹੀਦੇ ਨੇ। ਅੱਲਾਹ ਤਾਲਾ ਨਜ਼ਰੇ ਬਾਤ ਤੋਂ ਬਚਾਵੇ, ਅੱਲਾਹ ਤਾਲਾ ਇਹਨੂੰ ਖੈਰੀ ਸਲਾਮਤੀ ਰੱਖੇ। ਔਰ ਮੇਰੇ ਵੀਰ ਵੇਖ ਲੈਣ, ਤਸੱਲੀਆਂ ਕਰ ਲੈਣ, ਕਿਸੇ ਕਿਸਮ ਦਾ ਵੀ ਕੋਈ ਡਾਊਟ ਵੀਰਾਂ ਦੋਸਤਾਂ ਨੇ ਰਹਿਣ ਦੇ ਜੀਦਾ। ਇਹ ਮੇਰੇ ਵੀਰਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ, ਬਾਕੀ ਸਾਰੀਆਂ ਹਿਸਾਬ ਨਾਲ ਗੱਲਾਂ ਕਰ ਲੈਂਦੇ ਹਾਂ। ਆ ਜਾਓ ਜੀ। ਔਰ ਦਿਲ ਕੀਤੀ ਜਾਂਦਾ ਗਾਂ ਤੇ ਬੋਲੀ ਜਾਈਏ, ਬੋਲੀ ਜਾਈਏ। ਇੰਨਾ ਮਾਸ਼ਾਅੱਲਾ ਸੋਹਣਾ ਜਾਨਵਰ ਹੈ, ਵੀਡੀਓ 'ਚ ਵੀ ਉਹਨਾਂ ਨਜ਼ਰ ਨਹੀਂ ਆਉਂਦਾ ਜਿੰਨਾ ਰੀਜਨਲ 'ਚ ਨਜ਼ਰ ਆਉਂਦਾ। ਅਸਲਾਮ ਅਲੈਕੁਮ ਜੀ ਆਈ ਸਾਹਿਬ। ਵਾਲੇਕੁਮ ਸਲਾਮ ਜੀ ਆਈ ਸਾਹਿਬ। ਵਾਕਿਆ ਹੀ ਮਾਸ਼ਾਅੱਲਾ ਤੋਹਫਾ ਲੈ ਤੇ ਆਏ ਜੋ ਅੱਲਾਹ ਤਾਲਾ ਨਜ਼ਰੇ ਬਾਤ ਤੋਂ ਬਚਾਏ, ਅੱਲਾਹ ਤਾਲਾ ਤੇਰੇ ਨਸੀਬ 'ਚ ਕਰੇ, ਔਰ ਜਿਹੜਾ ਲੈ ਜਾਵੇ ਵੀਰ ਉਹਦੇ ਵੀ ਨਸੀਬ 'ਚ ਕਰੇ। ਦੇਖੋ ਜੀ, ਅਸੀਂ ਤੇ ਚੌਕੀਦਾਰ ਆ, ਰੱਬ ਦਾ ਮਾਲ ਹੈ ਜੀ। ਬਿਲਕੁਲ ਬਿਲਕੁਲ, ਰੱਬ ਨੇ ਸਾਡੀ ਇਹਦੇ 'ਚ ਰੋਜ਼ੀ ਰੱਖੀ, ਰੋਜ਼ੀ ਰੱਖੀ ਅਸੀਂ ਤੇ ਚੌਕੀਦਾਰ ਇਸ ਮਾਲ ਦੇ। ਬਿਲਕੁਲ ਬਿਲਕੁਲ, ਰੱਬ ਨੇ ਸਾਡੀ ਇਹਦੇ 'ਚ ਰੋਜ਼ੀ ਰੱਖੀ ਹੈ, ਰੋਜ਼ੀ ਰੱਖੀ। ਥੋੜਾ ਨੇਰੇ ਲੈ ਆਓ। ਔਰ ਆਈ ਸਾਹਿਬ ਗੱਲਾਂ ਇਹ ਖਰੀਆਂ ਜਾਂ ਸਿੱਧੀਆਂ ਕਰਨੀਆਂ ਨੇ, ਇਹ ਦੱਸਣਾ ਕਿੰਦਾ ਓਰੀਜਨਲ ਸੂਆ ਕਿਣਵਾ ਜੀ? ਦੂਸਰਾ ਸੂਆ ਕਨੀ ਵਾਲੇ ਦੰਦ ਵੈੜ ਨੇ ਨਹੀਂ ਕੱਢੇ ਜੇ ਤੱਕ। ਠੀਕ ਹੋ ਗਿਆ, ਓਰੀਜਨਲ ਦੂਸਰਾ ਸੂਆ। 36 ਲੀਟਰ ਪਹਿਲੇ ਸੂਏ, 3 ਚੌਈਆਂ 'ਚ 12-12 ਲੀਟਰ ਦੁੱਧ ਕਰ। ਮਾਸ਼ਾਅੱਲਾ 36 ਲੀਟਰ ਕਰਦੀ ਗਾਂ ਹੈ, ਫਾਰਮਰ ਨਹੀਂ। ਠੀਕ ਹੋ ਗਿਆ ਜੀ, ਫਾਰਮਰ ਗਾਰ ਨਹੀਂ, ਹੱਥ ਦੀ ਚੁਆਈ ਦੀ ਕਰਦੀ ਗਾਂ ਹੈ। ਹੱਥ ਦੀ ਚੁਆਈ ਦੀ ਦੋਸਤੋ, ਔਰ ਕਰਦੀ ਗਾਂ ਹੈ, ਕੋਈ ਮਸ਼ੀਨੀ ਚੁਆਈ ਵਾਲੀ ਨਹੀਂ ਦੀ। ਇਹ ਮੇਰੇ ਦੋਸਤਾਂ ਵੀਰਾਂ ਨੂੰ ਵਾਅਦਾ ਕਰਦੀ। ਮੇਰੇ ਮੋਬਾਈਲ 'ਚ 2 ਦਿਨਾਂ ਦੀ ਚੁਆਈ ਦੀ ਵੀਡੀਓ ਮੌਜੂਦ ਹੈ, ਜਦੋਂ ਕਿਸੇ ਨਾਲ ਸੌਦਾ ਹੋਵੇ 2 ਦਿਨ ਪਹਿਲੇ ਹੋ ਗਏ ਨੇ ਚੋਂਦਿਆਂ ਨੂੰ ਗਾਂ ਅੱਜ ਵੀ ਨਹੀਂ ਸੁਣਦੀ, ਸੁਬਾ ਵੀ ਨਹੀਂ ਗਾਂ ਸੁਣਦੀ। ਬਿਲਕੁਲ ਨਹੀਂ ਸੁਣਦੀ ਅਜੇ ਤੱਕ ਦੋਸਤੋ, ਗਾਂ ਨੂੰ ਕੋਈ ਪਤਾ ਨਹੀਂ ਸੁਣਨ ਦਾ। ਮੇਰੇ ਵੀਰ ਦੋਸਤ ਤਸੱਲੀਆਂ ਕਰ ਲੈਣ, ਔਰ ਇੱਥੇ ਤੁਹਾਡੇ ਖਲੋਤੇ ਹੀ ਚੋ ਲੈਂਦੇ ਆ ਜਾਂ
100 ਤੋਂ ਵੀ ਕਣੇ ਘਰ ਗਾਖ ਨੇ ਬਿਲਕੁਲ ਗਾਖ ਨੇ ਐਵੇਂ ਗੱਲ ਹੈ ਜੀ 100 ਕਣ ਤੋਂ ਵੀ ਕਣੇ ਘਰ ਗਾਖ ਨੇ ਮੁੱਲ ਜਿਹੜਾ ਇਹਦਾ ਭਾਵੇਂ 12 ਲੱਖ ਮੰਗ ਲਓ 13 ਲੱਖ ਮੰਗ ਲਓ 10 ਲੱਖ ਮੰਗ ਲਓ ਸ਼ੌਕ ਦਾ ਮੁੱਲ ਨਹੀਂ ਤੇ ਗਾਣਾ ਗਰੀਬ ਜਿਹੜਾ ਆਮ ਬੰਦਾ ਨਾ ਮਤਲਬ ਕਾਰਖਾਨਾ ਲਾਵੇ ਆਮ ਬੰਦਾ ਇਨਸ਼ਾਅੱਲਾ ਕਾਰਖਾਨੇ ਜਿੰਨੀ ਆਮਦਨੀ ਦੇ ਦੇਗਾ ਅੱਲਾ ਦੇ ਹੁਕਮ ਨਾਲ ਅੱਲਾ ਮੇਰੇ ਦੇ ਹੁਕਮ ਨਾਲ ਜਿੰਨੀ ਕਾਰਖਾਨੇ ਅੱਲਾ ਤੰਦਰੁਸਤੀ ਸ਼ਰਤੇ ਇਨਸਾਨ ਤੇ ਆਮਾਨ ਹੈ ਸਾਹ ਭਰੀਆਂ ਖਲੇ ਗਾਂ ਮੈਂ ਨਵਾਈ ਦਵਾਈ ਤਾਂ ਨਹੀਂ ਵੀ ਗਾਂ ਨਜ਼ਰੇ ਬਾਦ ਤੋਂ ਅੱਲਾ ਪਾਕ ਬਚਾਵੇ ਵੀ ਗਾਂ ਹੋਰ ਚਮਕੀ ਚਮਕਾਈ ਲੱਗੇ ਗਾਂ ਨਵਾਈ ਦਵਾਈ ਨਹੀਂ ਦੀ ਮੈਂ ਜੀ ਬਿਲਕੁਲ ਅੱਲਾ ਤਾਲਾ ਮਾਫ ਕਰੇ ਬਾਕੀ ਜਿਹੜਾ ਹੀਰਾ ਹੁੰਦਾ ਨਾ ਨਾਲੀ ਚੋਂ ਪਿਆ ਹੋਵੇ ਤੇ ਲੋਕ ਸਿਆਣ ਲੈਂਦੇ ਵੀ ਹੀਰਾ ਹੈ ਹੀਰਾ ਹੈ ਬਿਲਕੁਲ ਹੈ ਵੀ ਮਾਸ਼ਾਅੱਲਾ ਹੀਰਾ ਅੱਲਾ ਤਾਲਾ ਨੂੰ ਨਜ਼ਰੇ ਬਾਦ ਤੋਂ ਬਚਾਏ ਹੈ ਵੀ ਹੀਰਾ ਮਾਸ਼ਾਅੱਲਾ ਹਾਂਜੀ ਐਸਾ ਬੰਦਾ ਰੇਟ ਵੀ ਪਿਆਰ ਮੁਹੱਬਤ ਵਾਲਾ ਕਰ ਇਹਦਾ ਭਾਈ ਪਿਆਰ ਮੁਹੱਬਤ ਵਾਲਾ ਜਿਹੜਾ ਰੇਟ ਹੈਗਾ ਨਾ ਇਨਸ਼ਾਅੱਲਾ ਵੀ ਅੱਲਾ ਨੇ ਚਾਹਿਆ ਤੰਦਰੁਸਤੀ ਤੇ 50 ਲੀਟਰ ਗਾਂ ਦਾ ਹੱਕ ਮੰਨਦਾ ਦੁੱਧ ਦੇਣ ਦਾ ਆਰਾਮ ਨਾਲ ਜੀ ਇਹਨੂੰ ਅਸਲ ਲੋਕ ਕਹਿੰਦੇ ਨੇ ਗਰਲੈਂਡੋ ਇਹ ਗਰਲੈਂਡੋ ਜਿਹੜੀਆਂ ਪਾਕਿਸਤਾਨ ਦੇ ਵਿੱਚ ਨੇ ਇਹਨੂੰ ਮਾਲਾ ਬ੍ਰੇਕ ਲਾ ਵੀ ਅਜ਼ਾਨ ਹੋਣ ਲੱਗ ਗਈ ਇਹ ਦੋਸਤੋ ਬ੍ਰੇਕ ਆਪਣਾ ਅਜ਼ਾਨ ਹੋਣ ਲੱਗ ਪਈ ਸੀ ਇਸੇ ਕੋਲ ਬ੍ਰੇਕ ਲਗਾਤੀ ਸੀ ਅੱਛਾ ਭਾਈ ਸਾਹਿਬ ਤੁਸੀਂ ਇਹਦੀ ਨਸਲ ਦੱਸ ਰਹੇ ਸੋ ਇਹਦੀ ਇਹਨੂੰ ਗਰਲੈਂਡੋ ਕਹਿੰਦੇ ਨੇ ਜਿਹੜਾ ਡਾਕਟਰ ਨੇ ਅਲਹਮਦੁਲਿਲਾ ਸਾਡੇ ਤੋਂ ਪੁੱਛਦੇ ਨੇ ਜਾਨਵਰਾਂ ਦੀ ਨਸਲ ਦੱਸੋ ਬਿਲਕੁਲ ਜੀ ਬਿਲਕੁਲ ਪਿਓ ਦਾਦੇ ਤੋਂ ਵਿਰਾਸਤੀ ਕੰਮ ਇਹਨਾਂ ਦੀ ਪਰਖ ਰੱਬ ਨੇ ਦਿੱਤੀ ਹੈ ਅੱਲਾ ਦਾ ਸ਼ੁਕਰ ਹੈ ਸਾਡਾ ਕੀ ਕਮਾਲ ਹੈ ਅਸੀਂ ਤਾਂ ਇਨਸਾਨ ਬੇਕਾਰ ਆ ਨਾ ਤਾਲੇ ਵੀ ਲਮਾ ਲੇਕਿਨ ਅੱਲਾ ਦਾ ਸ਼ੁਕਰ ਹੈ ਜਾਨਵਰ ਦੇ ਮੁਤਲਕ ਜਾਣਦੇ ਆ ਵੀ ਇਹਦੀ ਨਸਲ ਜ਼ਾਤ ਕੀ ਹੈ ਨਾ ਬਿਲਕੁਲ ਜੀ ਬਿਲਕੁਲ ਇਸ ਗੱਲ ਦਾ ਅੱਲਾ ਤਾਲਾ ਨੇ ਇਹਨੂੰ ਗਰਲੈਂਡੋ ਕਹਿੰਦੇ ਨੇ ਗਾਂ ਨੂੰ ਪਿਓਰ ਗਰਲੈਂਡੋ ਪਿਓਰ ਗਰਲੈਂਡੋ ਫ੍ਰੀਜ਼ਨ ਚੋਲਸਤਾਨ ਤੇ ਗਰਲੈਂਡੋ ਦਾ ਕ੍ਰਾਸ ਹੈ ਫ੍ਰੀਜ਼ਨ ਚੋਲਸਤਾਨ ਤੇ ਗਰਲੈਂਡੋ ਕ੍ਰਾਸ ਹੈ ਅੱਲਾ ਦੇ ਹੁਕਮ ਨਾਲ ਤਿੰਨ ਕ੍ਰਾਸ ਨੇ ਗਾਂ ਦੇ ਵਿੱਚ ਗਰਮੀ ਸਰਦੀ ਨਹੀਂ ਕਰੇਗੀ ਇਹਨੂੰ ਤਾਂ ਕਿਸੇ ਕਿਸਮ ਦਾ ਪਰਵਾਹ ਹੀ ਕੋਈ ਨਹੀਂ ਯਾਰ ਕਮਾਲ ਦਾ ਨਸਲ ਕਿਹੜੀ ਗਾਂ ਗਰਮੀ ਕਿਵੇਂ ਕਰੇ ਇਹ ਮੇਰੇ ਵੀਰਾ ਦੋਸਤਾਂ ਨੇ ਸੁਣ ਲਿਆ ਆਈ ਸਾਹਿਬ ਨੇ ਕਿਹਾ ਕਿ ਤਿੰਨ ਕ੍ਰਾਸ ਨੇ ਜੇ ਗਰਲੈਂਡੋ ਫ੍ਰੀਜ਼ੀਅਨ ਚੋਲਸਤਾਨੀ ਉਹਰੇ ਨਾ ਗਰਮੀ ਕਰੇਗੀ ਨਾ ਸਰਦੀ ਕਰੇਗੀ ਇਹ ਆਪਣਾ ਇਲਾਕਾ ਝੇਲਣ ਵਾਲੀ ਏ ਕਰਮਾਂ ਵਾਲੀ ਮੱਝਾਂ ਰੰਗੀ ਏ ਔਰ ਇਹਦਾ ਆਈ ਸਾਹਿਬ ਰੇਟ ਕਰਦੇ ਪਿਆਰ ਮੁਹੱਬਤ ਵਾਲਾ ਜਿਵੇਂ ਪਹਿਲਾਂ ਆਪਾਂ ਤਰੀਫਾ ਕਰਦੇ ਤਰੀਫਾ ਨਹੀਂ ਵੇਖਣਾ ਮਿਹਰਬਾਨੀ ਥੋੜਾ ਜਿਹਾ ਮੁਹੱਬਤ ਵਾਲਾ ਰੇਟ ਕਰਨਾ ਤੂੰ ਆਖਿਆ ਕਾਫੀ ਦਿਨ ਹੋ ਗਏ ਨੇ ਤੂੰ ਆਖਿਆ ਆਈ ਸਾਹਿਬ ਬਈ ਜਿਹੜਾ ਚੰਗਾ ਜਾਨਵਰ ਹੈ ਨਾ ਮੈਂ ਆਪਦੇ ਚੈਨਲ ਤੇ ਲਾਜ਼ਮੀ ਪਾਉਣਾ ਜੇ ਮੈਨੂੰ ਇਹ ਗੱਲ ਕੀਤੀ ਨਾ ਕੀਤੀ ਕੀਤੀ ਤੇ ਜਾਂ ਮੈਂ ਤੈਨੂੰ ਕਲਿੱਪ ਸੈਂਡ ਕੀਤਾ ਹੈ ਬਿਲਕੁਲ ਸੁਭਾ ਤੇ ਤੂੰ ਭੱਜਿਆ ਤੂੰ ਆਖਿਆ ਰਾਜ ਸਾਹਿਬ ਗਾਂ ਕਿਸੇ ਨੂੰ ਦੇਣੀ ਵੀ ਮੇਰੇ ਆਵਾਂ ਦੇ ਕਿਤੇ ਮੈਂ ਵੀਡੀਓ ਤੇ ਵੀ ਲਾਜ਼ਮੀ ਪਾਉਣੀ ਬਿਲਕੁਲ ਪਾਉਣੀ ਹਾਲਾਂਕਿ ਗਾਹ ਤੁਹਾਡੇ ਕੋਲੇ ਖੜੇ ਨੇ ਮੈਨੂੰ ਖੜੇ ਨੇ 8 ਲੱਖ ਰੁਪਇਆ ਮਕਾਮੀ ਮੁੱਲ ਮੈਂ ਮੰਗਦਾ ਪਿਆ ਤੇਰੀ ਇੱਜ਼ਤ ਵਾਸਤੇ ਸਾਡੇ ਦੇਸ਼ ਪੰਜਾਬ ਦੀ ਜ਼ਿੰਨਤ ਵਾਸਤੇ ਗਾਂ ਦਾ ਮੁੱਲ ਹੈ 6,60,000 ਰੁਪਇਆ ਨਹੀਂ ਯਾਰ ਅੱਜ ਇੰਜ ਨਾ ਕਰ ਮੁੱਲ ਜਾਇਜ਼ ਕਰ ਮੁੱਲ ਜਾਇਜ਼ ਕਰ ਜਾਇਜ਼ ਮੈਂ ਤੇਰੀ ਗੱਲ ਕਰਦਾ ਵੇ ਮੈਂ ਤੇਰੇ ਇਸ ਤੋਂ ਸੁਣਦਾ ਅੱਜ ਨਹੀਂ ਯਾਰ ਫਿਰ ਵੀ ਜਾਇਜ਼ ਕਰ ਤੂੰ ਜਾਇਜ਼ ਕੀ ਆਖ ਰਿਹਾ ਸਾਡਾ ਸਬਰ ਨਾ ਚੱਲ ਤੂੰ ਆਖਦੇ ਮੇਰੇ ਵੱਟੇ ਦਾ ਵੀ ਇੰਨੇ ਦੀ ਗਾਂ ਹੈ ਮੈਂ ਨਹੀਂ ਆਖਦਾ ਗਾਂ ਦੇ ਮੂੰਹ ਤੇ ਪੈਂਦਾ ਮੁੱਲ ਯਾਰ ਯਾਰ ਅੱਜ ਮੈਂ ਨਹੀਂ ਆਖਣਾ ਤੂੰ ਹੀ ਆਖ ਜਾਇਜ਼ ਗੱਲ ਕਰਦੇ ਅੱਜ ਨਾ ਸਾਡੇ ਆਖ ਪੱਕਾ ਠੱਕਾ ਮੁੱਲ ਪੱਕਾ ਠੱਕਾ ਮੁੱਲ ਮੰਗ ਲੈ ਜਿਹੜਾ ਲੈ ਲੈਣਾ 6 ਲੱਖ ਰੁਪਈਆ ਬਸ ਗੱਲ ਮੁੱਕ 6 ਲੱਖ ਜਿਵੇਂ ਨਹੀਂ ਉਹ ਨਾ ਕਰ ਨਹੀਂ ਉਹ ਨਹੀਂ ਕਰ 6 ਲੱਖ ਆ ਸੁਣ ਲੈ ਇਹ ਵੀ ਤੇਰੀ ਕਦਰ ਹੈ ਸੁਣ ਲੈ ਮੈਨੂੰ ਗਾਂ ਵਾਰੇ ਦੀ ਬਣੀ ਗਾਂ 8 ਲੱਖ ਦੀ ਏ ਨਾਜ਼ਮ ਯਾਰ ਉਹ ਤੇਰੀ ਗੱਲ ਠੀਕ ਹੈ ਲੇਕਿਨ ਗਾਂ 8 ਲੱਖ ਤੋਂ ਘੱਟ ਨਹੀਂ ਮੈਨੂੰ ਵਾਰੇ ਦੀ ਬਣੀ ਅੱਲਾ ਅਗਲੇ ਦਿਨ ਨਸੀਬਾਂ 'ਚ ਕਰੇ ਕਰਾਂ ਬੰਦਾ ਜੋੜੀਆਂ ਬੰਨ ਲਵੇ ਕੀ ਫਾਇਦਾ ਹੈ ਅੱਲਾ ਇਹ ਮੇਰੇ ਵੀਰਾ ਭਰਾਵਾ ਦੋਸਤਾਂ ਦੇਖ ਲਿਆ 8 ਲੱਖ ਰੁਪਈਆ ਜਿਹੜਾ ਨਾ ਆਪਣਾ ਆਈ ਸਾਹਿਬ ਨੇ 6 ਲੱਖ ਰੁਪਈਆ ਮੰਗਿਆ ਲੇਕਿਨ ਇਹ ਕੋਈ ਜ਼ਿਆਦਾ ਨਹੀਂ ਅੱਲਾ ਦੇ ਹੁਕਮ ਨਾਲ ਇਹਦੇ ਵਿੱਚੋਂ ਵੀ ਇਨਸ਼ਾਅੱਲਾ ਦੋਸਤਾਂ ਵੀਰਾਂ ਨੂੰ ਪਿਆਰ ਮੁਹੱਬਤ ਕਰਾ ਕੇ ਦਿਆਂਗੇ 6 ਲੱਖ 'ਚੋਂ ਵੀ ਜਿੰਨਾ ਹੋ ਸਕਿਆ ਜਿੰਨਾ ਮੇਰਾ ਵੀਰਾ ਦੋਸਤਾਂ ਨੇ ਕਿਹਾ ਇਨਸ਼ਾਅੱਲਾ ਪਿਆਰ ਮੁਹੱਬਤ ਕਰਾ ਕੇ ਦਿਆਂਗੇ ਅੱਜ ਹੀ ਕਹਿੰਦਾ ਮੈਂ ਪਿਆਰ ਮੁਹੱਬਤ ਨਹੀਂ ਕਰਨਾ ਲੇਕਿਨ ਮੈਂ ਕਰਵਾ ਕੇ ਦਿਆਂਗਾ ਮੈਂ ਪਾਣਾ ਨਾ ਵੀਡੀਓ ਨਹੀਂ ਪਾਉਂਦਾ ਲੇਕਿਨ ਇਹਦੀ ਗਾਂ ਇਹਨੇ ਦੀ ਹੈ ਜਾਂ ਨਹੀਂ ਇਹ ਦੱਸ ਦੇ ਗਾਂ ਕਿੰਨੇ 8 ਦੀ ਹੈ ਜਾਂ ਨਹੀਂ ਨਹੀਂ ਉਹ ਗੱਲ ਤੁਹਾਡੀ ਠੀਕ ਹੈ ਲੇਕਿਨ ਇਨਸ਼ਾਅੱਲਾ ਮੈਂ ਪਿਆਰ ਮੁਹੱਬਤ ਕਰਾ ਕੇ ਦਿਆਂਗਾ ਦੋਸਤਾਂ ਵੀਰਾਂ ਨੂੰ 6 ਲੱਖ 'ਚੋਂ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਪਿਆਰ ਮੁਹੱਬਤ ਕਰਾ ਕੇ ਦਿਆਂਗਾ ਦੋਸਤਾਂ ਵੀਰਾਂ ਨੇ ਮੇਰੇ ਨਾਲ ਗੱਲ ਕਰਨੀ ਅਗਰ ਕਿਸੇ ਵੀਰ ਭਰਾ ਦੋਸਤ ਨੂੰ ਸਾਡੀ ਵੀਡੀਓ ਪਸੰਦ ਆਦੀ ਕੋਈ ਵੀਰ ਭਰਾ ਖਰੀਦਣਾ ਚਾਹੁੰਦਾ ਸਾਡਾ ਰਾਬਤਾ ਨੰਬਰ ਲੈ ਸਕਦਾ 0302-4029-4096 0302-4096 ਇਹੀ ਦੋਸਤੋ ਸਾਡਾ ਵਟਸਐਪ ਨੰਬਰ ਇਹੀ ਦੋਸਤੋ ਸਾਡਾ ਰਾਬਤਾ ਨੰਬਰ ਹੈ ਆਈ ਸਾਹਿਬ ਥੋੜ੍ਹਾ ਜ਼ਿੱਦ ਪੈ ਖੜੇ ਨੇ ਗਾਹਕ ਉਹਨਾਂ ਕੋਲ ਆਏ ਖੜੇ ਲੇਕਿਨ ਮੈਂ ਹੁਣ ਮਜ਼ੀਦ ਵੀਡੀਓ 'ਚ ਫਿਰ ਵੀ ਪਿਆਰ ਮੁਹੱਬਤ ਕਰਾ ਦੇਣੀ ਸੀ ਲੇਕਿਨ ਇਨਸ਼ਾਅੱਲਾ ਖੁੱਲ ਕੇ ਪਿਆਰ ਮੁਹੱਬਤ ਕਰਾ ਕੇ ਦਿਆਂਗੇ ਪਰ ਵੀਰਾ ਭਰਾਵਾਂ ਦੋਸਤਾਂ ਨੂੰ ਮੈਂ ਵੀਡੀਓ 'ਚ ਵਧਿਆ ਕਹੀ ਜਾਣਾ ਇਨਸ਼ਾਅੱਲਾ ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਰਾਜ਼ ਨੂੰ ਦੇਣੀ ਚਾਹਤ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ।